ਕ੍ਰਿਕਟ ਦੀ ਦੁਨੀਆ ਤੋਂ ਖਬਰ ਬੁਲੇਟਿਨ ਦਾ ਹਿੱਸਾ ਬਣੇ ਦੇ ਵਜੋਂ ਪਾਕਿਸਤਾਨ ਤੇ ਆਸਟ੍ਰੇਲੀਆ ਦੇ ਦਰਮਿਆਨ ਸੀਰੀਜ਼ ਦਾ ਪਹਿਲਾ ਟੈਸਟ ਮੈਚ ਕੱਲ੍ਹ ਤੋਂ ਬ੍ਰੈਸਬੇਨ ਵਿੱਚ ਸ਼ੁਰੂ ਹੋਈ ਸੀ। ਡੇ ਐਂਡ ਨਾਈਟ ਟੈਸਟ ਵਿੱਚ ਕੌਮੀ ਕਪਤਾਨ ਮਿਸਬਾਹ ਹਕ ਮਿਡਲ ਆਰਡਰ ਬੱਲੇਬਾਜ਼ਾਂ ਨਾਲ ਉਮੀਦਾਂ ਲਾ ਗਈਆਂ। ਫਾਸਟ ਬਾਲਰ ਵਹਾਬ ਰਿਆਜ਼ ਵੀ ਜਾ ਰਿਹਾ ਨਾ ਬੋਲਿੰਗ ਸਾਂਗੇ ਪੁਰ ਅਜ਼ਮ ਹੈ। ਪਾਕਿਸਤਾਨ ਦਾ ਕੜਾ ਇਮਤਿਹਾਨ ਸ਼ੁਰੂ ਥੀ ਮਣਕਵੇ। ਬ੍ਰੈਸਬੇਨ ਦੇ ਮੈਦਾਨ ਤੇ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਟੈਸਟ ਵਿੱਚ ਸ਼ਾਹੀਨ ਪ੍ਰਵਾਸ ਕਰੇ ਸਨ। ਯਵਲ ਕੈਂਗਰੋਜ਼ ਆਪਣਾ ਜ਼ੋਰ ਦਿਖੇ ਸਨ। ਸੀਰੀਜ਼ ਦੇ ਪਹਿਲੇ ਮੈਚ ਵਿੱਚ ਕੌਮੀ ਟੀਮ ਤੇ ਰਿਕਾਰਡ ਦਾ ਵੀ ਦਬਾਅ ਹੋ ਸੀ। ਆਸਟ੍ਰੇਲਵੀ ਟੀਮ ਬ੍ਰੈਸਬੇਨ ਦੇ ਮੈਦਾਨ ਤੇ 28 ਸਾਲ ਤੋਂ ਨਾਕਾਬਲ ਸ਼ਿਕਸਤ ਤੇ, ਪਰ ਕਪਤਾਨ ਮਿਸਬਾਹ ਹਕ ਆਹਦੇ ਜੋ ਆਸਟ੍ਰੇਲੀਆ ਦੇ ਖਿਲਾਫ ਪੂਰੀ ਤਿਆਰੀ ਕਰ ਰੱਖੀਏ, ਨਿਊਜ਼ੀਲੈਂਡ ਦੇ ਹੱਥੋਂ ਸ਼ਿਕਸਤ ਕੋ ਭੁਲਾ ਤੇ ਮੈਦਾਨ ਵਿੱਚ ਆਸੂ। ਉਹਨਾਂ ਦਾ ਆਖਣਾ ਜੋ ਆਸਟ੍ਰੇਲਵੀ ਟੀਮ ਵਿੱਚ ਕਮ ਤਜਰਬਾਕਾਰ ਖਿਡਾਰੀ ਸ਼ਾਮਿਲ ਹਨ, ਅਸਾਂ ਇਹ ਤੋਂ ਭਰਪੂਰ ਫਾਇਦਾ ਚਾਵਣ ਦੀ ਕੋਸ਼ਿਸ਼ ਕਰੇ ਸੂ। ਮਿਸਬਾਹ ਹਕ ਮਿਡਲ ਆਰਡਰ ਬੱਲੇਬਾਜ਼ਾਂ ਕੋ ਖਬਰਦਾਰ ਕਰੇ ਜਿਵੇਂ ਆਖੇ ਜੋ ਉਹਨਾਂ ਸਮੇਤ ਯੂਨਸ ਖਾਨ, ਅਸਦ ਸ਼ਫੀਕ ਤੇ ਸਰਫਰਾਜ਼ ਕੋ ਰਨਸ ਬਣਾਉਣੇ ਹੋ ਸਨ। ਦੂਜੇ ਪਾਸੋਂ ਫਾਸਟ ਬਾਲਰ ਵਹਾਬ ਰਿਆਜ਼ ਆਹਦੇ ਜੋ ਆਪਣੀ ਸਰਜ਼ਮੀਨ ਤੇ ਹਰੀਫ ਟੀਮ ਦਾ ਰਿਕਾਰਡ ਬਹੁਤ ਚੰਗਾ ਹੈ, ਪਰ ਆਸਟ੍ਰੇਲੀਆ ਦੇ ਖਿਲਾਫ ਮਾਸਟਰ ਪਲਾਨ ਤਰਤੀਬ ਦਿੱਤੇ। We have played a lot of cricket in UAE and the wickets over here are really good. They have bounce, they have pace in it. ਕੌਮੀ ਫਾਸਟ ਬਾਲਰ ਆਖਿਆ ਜੋ ਮੇਜ਼ਬਾਨ ਬੱਲੇਬਾਜ਼ਾਂ ਦੇ ਖਿਲਾਫ ਜਾ ਰਿਹਾ ਨਾ ਬੋਲਿੰਗ ਕਰੇ ਸੂ।